Asian Network. Okay, so it gives me absolutely great, great pleasure to introduce an absolute living legend, and I think that is the only way to describe him. Gurdas Maan ji! Thank you so much. Thank you for good smile. Aww. Mere malik, zindabad rakhe tonu, shad rakhe, abad rakhe. Thank you, thank you. Main pehla shuru karna hai, tanu ek sawal puchna. Main tanu kehda naam laama? ਕੋਈ ਨਾਮ ਲੈ ਗੁਰਦਾਸ ਕਾ ਜੀ ਗੁਰਦਾਸ ਕਾ ਹਾਂਜੀ ਹਾਂਜੀ ਪਤਾ ਕੀ ਹੈ ਸਾਰਿਆਂ ਦੇ ਨਾਲ ਆਹੀ ਪ੍ਰੋਬਲਮ ਹੁੰਦੀ ਹੈ ਕਿ ਤੁਹਾਨੂੰ ਆਪਾਂ ਸੱਦੀਏ ਕੀ ਹਾਏ ਹਾਏ ਬਸ ਇਹੀ ਕਹਿ ਦਿਓ ਬਸ ਗੁਰਦਾਸ ਗੁਰਦਾਸ ਹੋਰ ਸੁਣਾ ਕੀ ਹਾਲ ਹੈ ਗੁਰਦਾਸ ਜੀ ਮੈਂ ਬਸ ਵਧੀਆ ਤੁਸੀਂ ਸੁਣਾ ਅੱਛਾ ਲੱਗਦਾ ਨਾ ਗੁਰਦਾਸ ਹਾਂ ਹਾਂਜੀ ਗੁਰਦਾਸ ਸੰਦਾ ਫਿਰ ਹਾਂਜੀ ਗੁਰਦਾਸ ਗੁਰਕਾਦਾਸ ਗੁਰਕਾਦਾਸ ਤੁਸੀਂ ਲੰਡਨ ਕਦੋਂ ਪਹੁੰਚੇ ਲੰਡਨ ਕੱਲ ਪਹੁੰਚੇ ਅੱਛਾ ਜੀ ਚਾਹ ਚੁ ਪੀਤੀ ਹੈ ਥੋੜੀ ਥਕਾਵਟ ਹੈ ਹਾਂਜੀ ਮਗਰ ਫਿਰ ਵੀ ਉਹ ਲੰਡਨ ਆਏ ਦੇ ਉੱਤੇ ਘੁੰਮ ਕੇ ਸਾਨੂੰ ਬਹੁਤ ਅੱਛਾ ਲੱਗਾ ਓ ਗੁੱਡ 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 ਤੁਹਾਡਾ ਹੁਣ ਯੂਕੇ ਟੂਰ ਵੀ ਸ਼ੁਰੂ ਹੋਣ ਵਾਲਾ ਆ ਤੁਸੀਂ ਰੈਡੀ ਹੋ ਬਿਲਕੁਲ ਐਵਰ ਰੈਡੀ ਆਰ ਯੂ ਇਜ਼ देयर ਅ ਲੋਟ ਆਫ ਪ੍ਰੈਪਰੇਸ਼ਨ ਦੈਟ ਗੋਜ਼ ਇਨਟੂ ਪਲੈਨਿੰਗ ਅ ਟੂਰ ਲਾਈਕ ਥਿਸ ਪਲੈਨਿੰਗ ਪ੍ਰੋਗਰਾਮ ਵਾਸਤੇ ਮੇਰੇ ਖਿਆਲ ਹਰ ਚੀਜ਼ ਜਿਹੜੀ ਹੈ ਜਦੋਂ ਵੀ ਅਸੀਂ ਸੋਚ ਕੇ ਕੁਝ ਕਰਦੇ ਹਾਂ ਜਾਂ ਜਿਨ੍ਹਾਂ ਵਾਸਤੇ ਕਰਦੇ ਹਾਂ ਆਪਣੇ ਸਰੋਤਿਆਂ ਵਾਸਤੇ ਦਰਸ਼ਕਾਂ ਵਾਸਤੇ ਉਹਨਾਂ ਵਾਸਤੇ ਬਹੁਤ ਸਾਰਾ ਅੰਦਰੋਂ ਜ਼ਿੰਮੇਵਾਰੀ ਇੰਨੀ ਸਿਰ 'ਤੇ ਪਈ ਹੁੰਦੀ ਹੈ ਇਹ ਸ਼ੋਲਡਰ ਸਟਿਫ ਹੋ ਜਾਂਦੇ ਆ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਹੁੰਦਾ ਨਾ ਤੇ ਪ੍ਰੈਸ਼ਰ ਉੱਪਰ ਵੀ ਥੱਲੇ ਵੀ ਹੁੰਦਾ ਤੁਸੀਂ ਫਿਰ ਕਿਸੇ ਨੂੰ ਸੱਦਿਆ ਕਰੋ ਨਾ ਮਾਲਿਸ਼ ਮੁਰਲਿਸ਼ ਕਰਨ ਲਈ ਸ਼ੁਰੂ ਕਰਨ ਤੋਂ ਪਹਿਲਾਂ ਮੇਰਾ ਖਿਆਲ ਹੈ ਮੈਨੂੰ ਆਪਣੇ ਆਪ ਨੂੰ ਜਦੋਂ ਮੈਂ ਐਕਸਰਸਾਈਜ਼ ਥੋੜੀ ਬਹੁਤ ਕਰ ਲੈਣਾ ਨਾ ਜਦ ਉਹ ਜਿਹੜੀ ਉਹ ਟੈਨਸ਼ਨ ਹੈ ਉਹ ਦੂਰ ਹੋ ਜਾਂਦੀ ਹੈ ਜਦੋਂ ਗਾ ਕੇ ਟੈਨਸ਼ਨ ਹੁੰਦੀ ਹੈ ਫਿਰ ਕੋਈ ਥੋੜੀ ਵੇਟ ਟ੍ਰੇਨਿੰਗ ਵਗੈਰਾ ਕਰਕੇ ਉਹ ਠੀਕ ਹੋ ਜਾਂਦੀ ਹੈ ਜਦੋਂ ਵੇਟ ਟ੍ਰੇਨਿੰਗ ਦੀ ਜ਼ਿਆਦਾ ਥਕਾਵਟ ਹੋ ਜਾਏ ਫਿਰ ਗਾ ਕੇ ਕਰ ਲਈਦੀ ਹੈ ਰਿਲੈਕਸ ਹੋ ਜਾਏ ਤੁਸੀਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਪਰਫਾਰਮ ਕੀਤਾ ਹੋਇਆ ਹੈ ਯੂ ਨੋ ਤੁਹਾਡੀ ਫੇਵਰਿਟ ਕੰਟਰੀ ਕਿਹੜੀ ਆ ਮੇਰਾ ਵਿਲਾਇਤੀ ਹੈ ਮੈਨੂੰ ਬਹੁਤ ਅੱਛਾ ਲੱਗਦਾ ਰੀਅਲੀ ਵਿਲਾਇਤ ਬਹੁਤ ਅੱਛਾ ਲੱਗਦਾ ਫਿਰ ਉਸ ਤੋਂ ਬਾਅਦ ਕੈਨੇਡਾ ਉਸ ਤੋਂ ਬਾਅਦ ਆਸਟ੍ਰੇਲੀਆ ਅਮਰੀਕਾ ਬਾਅਦ 'ਚ ਆਉਂਦਾ ਮੈਨੂੰ ਸਭ ਤੋਂ ਜ਼ਿਆਦਾ ਸ਼ੌਕਤ ਅਲੀ ਸਾਹਿਬ ਹਾਂਜੀ ਹਾਂਜੀ ਪਾਕਿਸਤਾਨ ਦੇ ਸਿੰਗਰ ਨੇ ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਫਿਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਜਦੋਂ ਉਹਨੀਆਂ ਕੁਆਲੀਆਂ ਸੁਣੀਆਂ ਫਿਰ ਮੈਂ ਉਹਨਾਂ ਦੇ ਵਿੱਚ ਹੀ ਮਰਜ ਹੋ ਗਿਆ ਮਤਲਬ ਇੰਨਾ ਮੈਨੂੰ ਇਸ਼ਕ ਹੋਇਆ ਉਹਨਾਂ ਦੇ ਨਾਲ ਉਹਨਾਂ ਦੀ ਕਵਾਲੀ ਦੇ ਨਾਲ ਕਿਉਂਕਿ ਉਹ ਰੱਬ ਨਾਲ ਜੋੜਨ ਵਾਲੀਆਂ ਗੱਲਾਂ ਨੇ ਦੁਨੀਆਦਾਰੀ ਨਾਲ ਜੋੜਦੀਆਂ ਔਰ ਰੱਬ ਦੇ ਨਾਲ ਜੋੜਦੀਆਂ ਗੱਲਾਂ ਦੋਨੇ ਪਾਸੇ ਕਨੈਕਟ ਹੋ ਪਰ ਤੁਹਾਨੂੰ ਕਿੱਦਾਂ ਫੀਲ ਹੁੰਦਾ ਜਦੋਂ ਯੂ ਨੋ ਕੋਈ ਜਣਾ ਤੁਹਾਨੂੰ ਕਹਿੰਦਾ ਕਿ ਮੈਂ ਯੂ ਨੋ ਤੁਹਾਡੇ ਕੋਲੋਂ ਇਨਸਪੀਰੇਸ਼ਨ ਮੈਨੂੰ ਮਿਲਦੀ ਆ ਤੁਹਾਨੂੰ ਫੀਲਿੰਗ ਕਿੱਦਾਂ ਦੀ ਆਉਂਦੀ ਹੈ ਜਦੋਂ ਇੱਦਾਂ ਫੀਲਿੰਗ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਕੋਈ ਚੀਜ਼ਾਂ ਬਿਆਨ ਕਰਕੇ ਦੱਸੀਆਂ ਨਹੀਂ ਜਾ ਸਕਦੀਆਂ ਕਿਉਂਕਿ ਉਹਦੀਆਂ ਅੱਖਾਂ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ ਨਾ ਉਹਦੀ ਜ਼ੁਬਾਨ ਤੇ ਲੱਭਣ ਦੇ ਲਫ਼ਜ਼ਾਂ ਦੀ ਜ਼ਰੂਰਤ ਹੀ ਨਹੀਂ ਹੁੰਦੀ ਉਸ ਬੰਦੇ ਨੂੰ ਜਦੋਂ ਤੁਹਾਨੂੰ ਮੈਂ ਹੁਣ ਤੁਸੀਂ ਮਿਲੇ ਹਾਂ ਇੱਕਦਮ ਮਿਲੇ ਹਾਂ ਔਰ ਮੈਨੂੰ ਕੁਛ ਕਹਿਣ ਦੀ ਜ਼ਰੂਰਤ ਹੀ ਨਹੀਂ ਪਈ ਤੁਹਾਡੇ ਅੰਦਰ ਵੀ ਚਾਅ ਸੀਗਾ ਮੇਰੇ ਅੰਦਰ ਵੀ ਚਾਅ ਸੀ ਤੁਹਾਨੂੰ ਇੱਕ ਦੂਜੇ ਨੂੰ ਮਿਲਣ ਦਾ ਤੇ ਮੇਰਾ ਖਿਆਲ ਉਹੀ ਜੋ ਜੋ ਲਫ਼ਜ਼ ਹੈ ਉਹੀ ਉਹਨਾਂ ਦੀ ਅੱਖਾਂ ਦੇ ਵਿੱਚ ਨੇ ਸੋ ਕਈ ਵਾਰੀ ਜਿਹੜੀ ਸਾਇਲੈਂਟ ਜਿਹੜੀ ਚੀਜ਼ ਹੈ ਮੂਵਮੈਂਟ ਜਿਹੜੀ ਹੈਗੀ ਉਹ ਵਰਡਸ ਦੇ ਨਾਲੋਂ ਵੱਡੀਆਂ ਹੋ ਜਾਂਦੀਆਂ silence speaks louder than words you're yes, right koi koi artist hai ga ya jere naal tusi music banona chahne ha hade tadi kadi koi list hundi a likhi hoyi jeb ch ena da naam main kaam karna shuru kita siga chinda ji de naal collaboration kiti si oh bahut acha lagya siga ji us to baad diljit dosanji de naal kiti si ki banu duniya da oh vi bahut acha lagya hun aage dekho ke kede artist de naal ਕਿਹੜੀ ਗੱਲਬਾਤ ਹੁੰਦੀ ਹੈ ਔਰ ਕਿਸ ਤਰ੍ਹਾਂ ਦਾ ਰੰਗ ਰੂਪ ਪੈਦਾ ਹੁੰਦਾ ਹੈ ਹੁਣ ਤੁਸੀਂ ਦੁਜੀਤ ਦਾ ਨਾਮ ਲਿਆ ਆ ਮੈਂ ਤੁਹਾਨੂੰ ਪੁੱਛਣਾ ਸੀਗਾ ਤੁਸੀਂ ਸ਼ਰਾ ਦੇਖ ਕੇ ਆਏ ਆ ਹਨਾ ਹਾਂ ਛੜਾ ਮੈਂ ਦੇਖੀ ਹੈ ਹਾਂ ਫਿਲਮ ਕਿੱਦਾਂ ਲੱਗੀ ਤੁਹਾਨੂੰ ਬਹੁਤ ਅੱਛੀ ਲੱਗੀ ਵਧੀਆ ਹਾਂਜੀ ਹਾਂਜੀ ਵੈਰੀ ਨਾਈਸ ਦੁਜੀ ਇਜ਼ ਐਨ ਆਲ ਰਾਊਂਡਰ ਹਨਾ ਹੀ ਹੀਜ਼ ਅ ਗਲੋਬਲ ਸੁਪਰਸਟਾਰ ਤੁਹਾਨੂੰ ਕਿੱਦਾਂ ਲੱਗਦਾ ਉਹਨਾਂ ਦਾ ਕੰਮ ਬਿਲਕੁਲ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਔਰ ਹੋਰ ਵੀ ਜ਼ਿਆਦਾ ਅੱਛਾ ਲੱਗਿਆ ਜਦੋਂ ਰਿਐਲਿਟੀ ਸ਼ੋਅ ਦੇ ਵਿੱਚ ਉਹ ਆਪਣੀ ਇੱਕ ਜੱਜਮੈਂਟ ਦਿੰਦੇ ਆ ਆਰਟਿਸਟਾਂ ਬਾਰੇ ਛੋਟੇ ਛੋਟੇ ਬੱਚਿਆਂ ਬਾਰੇ ਜੋ ਵੀ ਆਰਟਿਸਟ ਨਵੇਂ ਇਸ ਦੁਨੀਆਂ 'ਤੇ ਆ ਰਹੇ ਨੇ ਉਹਨਾਂ ਲਈ ਇੱਕ ਸੁਪਰਸਟਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਸੋ ਉਹ ਦਲਜੀਤ ਪੂਰੀ ਕਰਦਾ ਉਹ 'ਚ ਪੰਜਾਬੀ ਮਿਊਜ਼ਿਕ ਤੋਂ ਇਲਾਵਾ ਤੁਸੀਂ ਹੋਰ ਕੁਛ ਵੀ ਸੁਣਦੇ ਹੋ ਪੰਜਾਬੀ ਮਿਊਜ਼ਿਕ ਤੋਂ ਇਲਾਵਾ ਸਾਰੀਆਂ ਚੀਜ਼ਾਂ ਹਿੰਦੁਸਤਾਨੀ ਮਿਊਜ਼ਿਕ ਪਾਕਿਸਤਾਨੀ ਮਿਊਜ਼ਿਕ
ਬਾਲੀਵੁੱਡ ਬਾਲੀਵੁੱਡ ਵੀ ਸੁਣ ਲੈਣਾ ਮੈਂ ਹਾਂ ਜੀ ਹਾਂ ਕਿਉਂਕਿ ਫਿਲਮ ਮੈਂ ਜ਼ਰੂਰ ਦੇਖਦਾ ਮੈਨੂੰ ਸਮਝ ਆਵੇ ਨਾ ਆਵੇ ਪਰ ਮੈਂ ਅੰਗਰੇਜ਼ੀ ਜ਼ਰੂਰ ਦੇਖਣੀ ਹੈ ਇਹ ਮੇਰੀ ਪੱਕੀ ਹੈ ਹਾਂ ਇਹ ਮੈਂ ਦੇਖਣੀ ਦੇਖਣੀ ਹੈ ਕੋਈ ਵੀ ਜਿਹੜੀ ਲੇਟੈਸਟ ਆਉਂਦੀ ਹੈ ਕੋਈ ਮੈਂ ਬਟ ਮਿਊਜ਼ਿਕ ਤਾਂ ਹੀ ਤਾਂ ਇੰਨੀ ਪਾਵਰਫੁਲ ਹੈ ਹਨਾ ਕਿਉਂਕਿ ਸਮਝ ਤਾਂ ਕਈ ਵਾਰੀ ਆਉਂਦੀ ਨਹੀਂ ਹੁੰਦੀ ਜਿੱਦਾਂ ਮੈਨੂੰ ਵੀ ਨਹੀਂ ਕਈ ਵਾਰੀ ਸਮਝ ਆਉਂਦੀ ਹੁੰਦੀ ਪਰ ਫੇਰ ਵੀ ਜਿਹੜੀ ਚੀਜ਼ ਅੱਛੀ ਲੱਗੇ ਇਹਦਾ ਮਤਲਬ ਹੈ ਉਹਦੇ ਅੰਦਰ ਕੁਛ ਨਾ ਕੁਛ ਚੀਜ਼ ਹੈ ਉਹਦੇ ਅੰਦਰ ਰਵਾਨਗੀ ਹੈ ਉਹਦੇ ਅੰਦਰ ਪ੍ਰਵਾਨਗੀ ਹੈ ਜਿਹੜੀ ਮਾਲਕ ਨੇ ਦਿੱਤੀ ਹੈ ਆਸ਼ੀਰਵਾਦ ਮਿਲਿਆ ਵਿਆ ਉਸਨੂੰ ਕਿਉਂਕਿ ਕੋਈ ਵੀ ਤੁਸੀਂ ਸੁਣਦੇ ਮਤਲਬ ਇੱਕ ਮੇਰਾ ਖਿਆਲ ਹੈ ਅਰੇਬਿਕ ਮਿਊਜ਼ਿਕ ਇੱਕ ਵਾਰੀ ਬਹੁਤ ਪਹਿਲਾਂ ਇੱਕ ਮੁੰਡੇ ਨੇ ਗਾਇਆ ਸੀਗਾ ਜੀ ਇਹ ਵੀ ਕੁਛ ਇਸ ਤਰ੍ਹਾਂ ਦਾ ਨਾਮ ਸੀ ਦੀਦੀ ਦੀਦੀ ਮੈਂ ਉਹ ਦੀਦੀ ਸ਼ਬਦ ਤੋਂ ਹੀ ਮਤਲਬ ਇੰਨਾ ਪ੍ਰਭਾਵਿਤ ਮਗਰ ਉਹ ਸਾਰਿਆਂ ਨੂੰ ਅੱਛਾ ਲੱਗਦਾ ਸਾਰੇ ਡਾਂਸ ਕਰਦੇ ਸੀ ਡਾਂਸ ਤੋਂ ਗੱਲ ਯਾਦ ਆਈ ਤੁਹਾਡਾ ਡਾਂਸ ਬਹੁਤ ਵਧੀਆ ਹੁੰਦਾ ਕਮਾਲ ਕਰਦੇ ਇਸ ਯੂਕੇ ਦੇ ਮਿਊਜ਼ਿਕ ਨੇ ਹੀ ਸਾਰੇ ਪਾਸੇ ਤਬਦੀਲੀ ਲਿਆਂਦੀ ਹੈ ਮਿਊਜ਼ਿਕ ਦੇ ਵਿੱਚ ਬਹੁਤ ਵੱਡੀ ਚੇਂਜ ਜਿਹੜੀ ਆਈ ਹੈ ਉਹਨਾਂ ਦਿਨਾਂ ਦੇ ਵਿੱਚ ਦੀਪਕ ਖਜ਼ਾਨਚੀ ਸਾਹਿਬ ਮੈਂ ਉਹਨਾਂ ਨੂੰ ਸਾਹਿਬ ਹੀ ਕਹਿਣਾ ਕਿਉਂਕਿ ਮੇਰੇ ਵਾਸਤੇ ਉਹ ਸਾਹਿਬ ਹੈ ਕਿਉਂਕਿ ਉਹਨਾਂ ਨੇ ਮਿਊਜ਼ਿਕ ਦੇ ਵਿੱਚ ਪੰਜਾਬੀ ਮਿਊਜ਼ਿਕ ਦੇ ਵਿੱਚ ਜੋ ਚੇਂਜਿਸ ਲਿਆਂਦੀਆਂ ਵੈਸਟਰਨ ਮਿਕਸ ਕਰਕੇ ਬਹੁਤ ਕਮਾਲ ਸੀ ਬਹੁਤ ਕਮਾਲ ਸੀ ਔਰ ਹੋਰ ਵੀ ਸਾਰੇ ਆਰਟਿਸਟ ਜਿਹਨਾਂ ਨੇ ਮੇਰੇ ਉਸ ਵੇਲੇ ਦੇ ਜਿਹੜੇ ਸਮਕਾਲੀ ਸੀਗੇ ਅਲਾਪ ਗਰੁੱਪ ਹੀਰਾ ਗਰੁੱਪ ਔਰ ਗੋਲਡਨ ਸਟਾਰ ਮਲਕੀਅਤ ਸਾਰੇ ਆਪਣਾ ਸੰਗੀਤ ਦਿਲਦਾਰ ਆਪਣਾ ਉਹ ਸਾਰੇ ਮਤਲਬ ਮੈਨੂੰ ਬਹੁਤ ਅੱਛੇ ਲੱਗਦੇ ਜਿਹਨਾਂ ਨੇ ਕੀਤਾ ਹੈ ਪੰਜਾਬੀ ਨੂੰ ਬਹੁਤ ਦੁਨੀਆ ਪੰਜਾਬੀ ਮੇਰਾ ਖਿਆਲ ਹੈ ਜਿਹੜਾ ਇੰਗਲਿਸ਼ ਚਾਰਟ ਦੇ ਵਿੱਚ ਪਹਿਲੇ ਦੂਜੇ ਤੀਜੇ ਨੰਬਰ 'ਤੇ ਮਤਲਬ ਆਉਂਦੀ ਰਹੀ ਹੈ ਪਤਾ ਕੀ ਐਮਸੀ ਐਮਸੀ ਜਿਹੜਾ ਇੱਥੋਂ ਦਾ ਗਰੁੱਪ ਜਿਹੜਾ ਪੰਜਾਬੀ ਐਮਸੀ ਵੈਰੀ ਨਾਈਸ ਬਾਤਾਂ ਕਰਦੇ ਹੋ ਨਾਲ ਇਨਫੋਰਮੇਸ਼ਨ ਦਿੰਦੇ ਹੋ ਲੇਟੈਸਟ ਇਨਫੋਰਮੇਸ਼ਨ ਜਿਹੜੀ ਉਹਨਾਂ ਨੂੰ ਦਿੰਦੇ ਹੋ ਤੁਸੀਂ ਇਹ ਵੀ ਮੁਸ਼ਕਿਲ ਕੰਮ ਹੈ ਔਰ ਬਿਨਾਂ ਪੜ੍ਹੇ ਲਿਖੇ ਕੁਛ ਬੋਲੀ ਜਾਣਾ ਔਰ ਉਹਨਾਂ ਨੂੰ ਖੁਸ਼ ਰੱਖਣਾ ਬੜੀ ਵੱਡੀ ਗੱਲ ਹੁੰਦੀ ਹੈ ਪਰ ਜਿਹਨੂੰ ਜਿਹੜਾ ਜਿਹੜਾ ਕੰਮ ਸੌਂਪ ਦਿੰਦੇ ਆ ਨਾ ਮਾਲਕ ਜਿਹੜਾ ਸੌਂਪਦਾ ਤਾਂ ਉਹ ਮਤਲਬ ਇਸੇ ਕਰਕੇ ਸੌਂਪਦਾ ਕਿਉਂਕਿ ਉਸਦੇ ਕਾਬਿਲ ਹੁੰਦਾ ਉਹਦੇ ਜੋ ਕੁਆਲਿਟੀਜ਼ ਹੁੰਦੀਆਂ ਆਪਾਂ ਹੁਣ ਤੁਹਾਡੇ ਨਾਲ ਇੱਕ ਗੇਮ ਖੇਡਣੀ ਸੀ ਗੇਮ ਮੇਰੇ ਨਾਲ ਗੇਮ ਨਾ ਖੇਡਣੀ ਗੇਮ ਗੇਮ ਖੇਡ ਸਕਦੇ ਪਲੀਜ਼ ਜਦ ਜੋ ਬਨਦੀ ਰੁੱਤੇ ਆਵੇ ਮੁੰਡਾ ਚੋਰੀ ਛੁਪੇ ਨੈਣ ਮਿਲਾਵੇ ਜਦ ਜੋ ਬਨਦੀ ਰੁੱਤੇ ਆਵੇ ਮੁੰਡਾ ਚੋਰੀ ਛੁਪੇ ਨੈਣ ਮਿਲਾਵੇ ਕੁੜੀ ਹੱਸ ਕੇ ਨੀ ਮੀਆਂ ਪਾਵੇ ਤਾਂ ਸਮਝੋ ਮਾਮਲਾ ਗੜਬੜ ਹੈ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ ਜਿੰਨਾ ਦੇ ਰਾਤੀ ਯਾਰ ਵਿਛੜੇ ਹਾਏ ਹਾਏ ਤੁਸੀਂ ਤਾਂ ਕਮਾਲ ਹੀ ਕਰ ਦਿੱਤਾ ਮੇਰੇ ਮੈਨੂੰ ਲੱਗਦਾ ਕਿ ਇਹ ਗੀਤ ਮੇਰੇ ਮਾਮਲਾ ਗੜਬੜ ਦਾ ਰੀਮਿਕਸ ਵਾਸਤੇ ਰੀ-ਰਿਕਾਰਡਿੰਗ ਵਾਸਤੇ ਬਹੁਤ ਫਿੱਟ ਰਹੇਗਾ ਚਲ ਮੈਂ ਬਣਾ ਦਿੱਤਾ ਮੈਨੂੰ ਕ੍ਰੈਡਿਟ ਦੇ ਦਿਓ ਹਾਂ ਰੀਅਲੀ ਨਹੀਂ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਇੱਕ ਹੋਰ ਟ੍ਰਾਈ ਕਰੀਏ ਲੈਟਸ ਟ੍ਰਾਈ ਮੈਨੂੰ ਲਫ਼ਜ਼ ਨਹੀਂ ਹੁਣ ਯਾਦ ਆ ਰਹੇ ਪਰ ਮੈਂ ਫਿੱਟ ਕੀ ਕਰਾਂ ਗੁਣਗੁਣਾ ਰਿਹਾ ਤੀਜਾ
ਹੋ ਛੱਲਾ ਬੇਰੀ ਬੂਰੇ ਵੇ ਵਤਨ ਮਾਹੀ ਦਾ ਵਤਨ ਬਤ ਮਾਹੀ ਦਾ ਦੂਰੇ ਵੇ ਜਾਣਾ ਪਹਿਲੇ ਪੂਰੇ ਵੇ ਗੱਲ ਸੁਣ ਛੱਲਿਆ ਛੋਰਾ ਵੇ ਕਾਦਾ ਲਾਇਆ ਛੋਰਾ ਲੜਕੇ ਓ ਅੱਲਾ ਕਰੇ ਜੇ ਆ ਜਾਵੇ ਸੋਹਣਾ ਬੇਦੇ ਮਾਂ ਜਾਨ ਕਦਮਾਂ ਵਿੱਚ ਤਰ ਕੇ ਉਹ ਛੱਲਾ ਬੇਰੀ Yes, it's Gurdas Maan, everyone! Wow. Asian Network.